ਹਾਂਜੀ ਸਰ ਕੀ ਲਾਵਾਂ ਤੁਹਾਡਾ ਸਭ ਤੋਂ ਪਹਿਲਾਂ ਮੈਂ ਜੈਪੀਨ ਜੈਪਾ ਦੱਸਦਾ ਹਾਂ ਮੈਂ ਸਤੀਸ਼ ਕੁਮਾਰ ਨਾਹਰ ਪਾਰਟੀ ਵਿਧਾਨ ਭਾਰਤੀ ਆਮ ਜਨਤਾ ਪਾਰਟੀ ਨਾ ਸਰ ਅੱਜ ਦਾ ਕੀ ਵਿਸ਼ਾ ਦੱਸਦਾ ਹਾਂ ਤੁਹਾਡਾ ਦੇਖੋ ਲੋਕ ਕਹਿੰਦੇ ਜੀ ਅੱਜ ਕੱਲ੍ਹ ਹੈ ਨਾ ਇੱਕ ਨਵੀਂ ਗੱਲ ਤੂੰ ਵਿਸ਼ਵਾਸ ਨਹੀਂ ਕਰਦਾ ਵਿਸ਼ਵਾਸ ਨੂੰ ਵਿਸ਼ਵਾਸ ਬੰਦਾ ਕੀ ਕਰੇ ਜਦੋਂ ਆਪਣਾ ਦੇ ਬਣ ਕੇ ਵਿਸ਼ਵਾਸਘਾਤ ਕਰਦੇ ਨਾ ਤੇ ਬੰਦੇ ਦਾ ਵਿਸ਼ਵਾਸ ਇੱਕ ਦਾ ਸਾਰਾ ਟੁੱਟ ਜਾਂਦਾ ਜੀ ਤਾਜ਼ਾ ਮਿਸਾਲ ਹੈ ਪਿੰਡ ਭਾਰੀਵਾਲ ਬੇਟ ਤੋਂ ਐਡੀਜੀ ਸੰਦੀਪ ਕੌਰ ਆ ਇਹਦੇ ਘਰ ਸਭ ਤੋਂ ਪਹਿਲਾਂ ਕਰਨ ਦੇ ਕਵਿਤਾ ਹੈ ਜੋ ਕਿ ਲੋਨ ਦਾ ਕੰਮ ਕਰਾਉਂਦੇ ਸੀ ਇਹਨੂੰ ਕਹਿੰਦੇ ਤੇਰਾ ਇਹ ਲੋਨ ਕਾਗਜ਼ ਨੇ ਕਿ ਸਾਨੂੰ ਨਾ ਆਪਣੇ ਕਾਗਜ਼ ਪੱਤਰ ਦੇ ਦੇ ਇਸ ਤਰ੍ਹਾਂ ਇੱਕ ਮੁੰਡਾ ਕਰਨ ਵਾ ਨੂਰਪੁਰ ਜ਼ਿਲ੍ਹੇ ਦਾ ਉਹਨੇ ਕਿਹਾ ਮੈਂ ਉਹਨਾਂ ਨੇ ਮਾਤਾ ਬਣਾ ਲਿਆ ਮਾਤਾ ਬਣਾ ਕੇ ਤੈਨੂੰ ਆਪਾਂ ਗੱਡੀ ਲੈ ਕੇ ਕਿਰਾਏ ਤੇ ਤੈਨੂੰ ਗੱਡੀ ਲੈ ਕੇ ਕਿਰਾਏ ਤੇ ਆਪਾਂ ਚਾਰਜ ਲਾ ਦਿੰਦੇ ਹਾਂ ਉਹ ਤੁਹਾਡੀ ਇੰਦਰ ਜਲਦੀ ਤੋਂ ਮਿਲੀ ਹੁੰਦੀ ਸੋਸ਼ਲ ਜੀ ਦਾ ਉਹਨਾਂ ਉੱਤੇ ਆਪਣਾ ਮੁੰਡਾ ਸਮਝ ਕੇ ਵਿਸ਼ਵਾਸ ਕਰ ਰਿਹਾ ਤੇ ਆਪਣੇ ਕਾਪ ਦੇ ਦੇਖਤੇ ਜਿਸ ਤੇ ਇਹਨਾਂ ਨੇ ਗੱਡੀ ਲਈ ਗੱਡੀ ਇਹਨਾਂ ਘਰੋਂ ਲੈ ਗਿਆ ਦੀਪ ਫਾਂਸ ਜਾਂਦੇ ਫਾਂਸ ਕਰਾਈ ਗੱਡੀ ਇਹਨਾਂ ਘਰੋਂ ਲੈ ਕੇ 6 ਮਹੀਨੇ ਚਲਾਈ ਮੁੜ ਕੇ ਉਹ ਗੱਡੀ ਇਹਨੇ ਫਾਂਸਾਂ ਵਾਪਸ ਕਰਤੀ ਫਾਂਸਾਂ ਦੀ ਦੇਖੋ ਕੀ ਚਲਾਕੀ ਮਾਰੀ ਇਹਨੇ ਕਾਪ ਦਿੱਤੇ ਨੇ ਉਲਟਾ ਉਹਨਾਂ ਤੇ ਕੇਸ ਲਾਤਾ ਚੱਕ ਦਾ ਚੱਕ ਦਾ ਕਿਸੇ ਨੇ ਕੋਈ ਨੋਟਿਸ ਨਹੀਂ ਕੁਛ ਨਹੀਂ ਕਹਿੰਦਾ ਨਹੀਂ ਦੇਣਾ ਕੋਈ ਸਮਨ ਦਾ ਪੀਓ ਕਰਾ ਕੇ ਤੇ ਮੁੜ ਕੇ ਉਹਨੂੰ ਚਲਾਤਾ ਉਹ ਕਿਹੜਾ ਸਾਰਾ ਧੋਖਾ ਵਾ ਜਿਹਨੂੰ ਕਰਨ ਹੁਣ ਉਹਨੇ ਗੱਲ ਨਹੀਂ ਕੀਤੀ ਉਸੇ ਤਰ੍ਹਾਂ ਨੇ ਇਸੇ ਐਪੀਸੋਡ 'ਚ ਉਹਨੇ ਇਹਨਾਂ ਦੇ ਕਹਿਣਾ 5 ਕਰੋੜ ਦਾ ਮੰਮਾ ਮਾਦਾ ਹੋ ਕਹਿੰਦੇ ਇਹਨਾਂ ਦੇ ਕਿਤੇ ਪੈਸੇ ਗੱਲ ਨਹੀਂ ਪੈਸੇ ਲੋੜ ਆ ਇਹਨਾਂ ਨੇ ਇਹਨਾਂ ਕੋਲ ਕਹਿੰਦੇ ਮੇਰੇ ਕੋਲ ਆਇਆ ਨਹੀਂ ਮਾਦਾ ਕੋਲ ਸੋਨਾ ਪਿਆ ਵਾ ਤੇ ਉਹਨਾਂ ਦੇ 5 ਕਰੋੜ ਸੋਨਾ ਹਾਰ ਲਿਆ ਗਏ 30,000 ਦੇ ਦੇਣ ਬਾਕੀ ਕਹਿੰਦੇ ਤੁਹਾਨੂੰ ਦੇ ਦਾਂਗੇ ਜਿਹਦੇ ਮਰ ਗਈ ਲੋੜ ਪਈ ਤੇ ਦੇਣਾਂਗੇ ਪਰ ਉਹਨਾਂ ਨੇ ਕੀ ਕੀਤਾ ਨਾ ਤਾਂ ਸੋਨੇ ਦਾ ਸੋਨਾ ਦੱਸਿਆ ਨਾ ਗੱਡੀ ਦੀ ਉਲਟਾ ਬੀਬੀ ਜਿਹੜੀ ਕੀਤਾ ਬੂਜੀ ਦੇ ਜੀ ਆ ਜਿਹੜੀ ਉਹ ਦਰਖਾਸਤ ਮੰਨ ਕੇ SSP ਕਪੂਰਥਲਾ ਨੂੰ ਦਿੱਤੀ ਆ ਜੋ ਥਾਂ ਢਿਲਵਾਂ ਢਿਲਵਾਂ ਵਿਖੇ ਹੋਈ ਆ ਤੇ ਅਸੀਂ ਚਾਹੁੰਦੇ ਪ੍ਰਸ਼ਾਸਨ ਦੇ 26 ਦਿਨ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਕਿ ਉਹਨਾਂ ਦੇ ਉਹਦੀ ਬਾਂਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਪਹਿਲਾਂ ਪਾਰਟੀ ਹੋ ਇਸ ਦੀ ਫਾਂਸ ਦਾ ਨਾਲ ਪ੍ਰਸ਼ਨ ਕੀਤਾ ਜਾਵੇਗਾ ਚਾਰ ਤੋਂ ਬਾਅਦ ਪਟਨਾ ਪ੍ਰਸ਼ਨ ਕੀਤਾ ਜਾਵੇਗਾ ਉਹ ਜੇ ਤੁਹਾਨੂੰ ਦੱਸ ਦਾਂਗੇ ਵਿਚਾਰਨਾ ਕਰਕੇ ਕਿਉਂਕਿ ਬਹੁਤ ਧੋਖਾ ਧੋਖਾ ਹੀ ਆ ਅੱਜ ਇਹਨਾਂ ਹੋਈ ਆ ਇਹ ਇਹਨੇ ਇਸੇ ਬੰਦੇ ਦਾ ਕੋਈ ਸੁਣਵਾਈ ਨਹੀਂ ਕਰੇਗਾ ਸਾਡੀ ਦੀ ਫਾਂਸ ਨੂੰ ਚਿਤਾਵਣੀ ਆ ਕਿ ਆਪਣਾ ਜਿਹੜਾ ਹਨਾ ਜੇ ਜਾਇਜ਼ ਸੀ ਤੇ ਗੱਡੀ ਉਹਨਾਂ ਕੋਲ ਆ ਗੱਡੀ ਉਹਨਾਂ ਕੋਲ ਆ ਇਹ ਕਰੇ ਕੋਈ ਨਹੀਂ ਹੈ ਪਹਿਲੀ ਵਾਰ ਆਰਦੀ ਕਹਿੰਦੀ ਵੀ ਹਰ ਕੋਈ ਕਰ ਨਹੀਂ ਸਕਦੀ ਇਹ ਮੁੰਡਾ ਕਰਨ ਜਸਪਾਲ ਤੇ ਦੂਜੇ ਕਵਿਤਾ ਦੋਵੇਂ ਲੈ ਕੇ ਇਹਨਾਂ ਲਿਆਂਦਾ ਗੱਡੀ ਵੀ ਲਾ ਗਏ ਚੱਕ ਵੀ ਲਾ ਤਾ ਇਹ ਦੋ ਕੰਮ ਨਹੀਂ ਹੁੰਦੇ ਸਾਡੀ ਪਹਿਲੀ ਗੱਲ SSP ਸਾਹਿਬ ਨੂੰ ਮੰਗ ਆ ਇਹਨਾਂ ਜਿਹੜੀ ਬਾਂਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਪਾਰਟੀ ਵਾਲਾ ਉਹਨਾਂ ਦਿਨਾਂ ਦੇ ਵਿੱਚ ਇਹਦਾ ਦੀਫਾਂਸ ਤੇ ਨਾ ਪ੍ਰਸ਼ਨ ਕੀਤਾ ਜਾਵੇਗਾ ਜੈ ਭੀਮ ਜੈ ਭਾਰਤ।